गुड मॉर्निंग स्टूडेंट्स, अज असी प्लस वन क्लास के चैप्टर नंबर थर्ड साइबर थ्रेट्स एंड सिक्योरिटी के जो शॉर्ट क्वेश्चन आंसर्स ने उतों असी स्टार्ट करन जा रहे हैं। फर्स्ट क्वेश्चन इज व्हाट इज पायरेसी, डिफाइन इट। पायरेसी वाला प्रोसैस हों जिसनों सॉफ्टवेयर डिवेलप्ड जिसने किया हों उस परसन की परमिशन तो बिना या फिर परचेज किते तो बिना उस सॉफ्टवेयर नू डिस्ट्रीब्यूट करना लोग शुरू कर देंदे ने या यूज करना शुरू कर देंदे ने। आम तौर ते जिहड़े इस सॉफ्टवेयर हुंदे ने ये पेड हुंदे ने, ये कमर्शियल हुंदे ने। पायरेसी दे करके जो सॉफ्टवेयर नू बनाउण वाला परसन सी, डिवेलपर सी, उसनू पैसों का काफ़ी लॉस हुंदा है। जो लोग पायरेसी करते ने ਉਹ ਮੋਸਟਲੀ ਆਡੀਓ ਜਾਂ ਵੀਡੀਓਜ਼ ਦੇ ਸੋਫਟਵੇਅਰਸ ਦੇ ਲਾਈਨ ਦੇ ਵਿੱਚ ਪਾਇਰੇਸੀ ਨੂੰ ਕਰਦੇ ਨੇ। ਮੋਸਟਲੀ ਸੋਫਟਵੇਅਰ ਜਿਹੜੇ ਆਡੀਓ ਨਾਲ ਰਿਲੇਟਡ ਹੋਣ ਜਾਂ ਵੀਡੀਓ ਨਾਲ ਰਿਲੇਟਡ ਹੋਣ, ਉਹਨਾਂ ਦੇ ਵਿੱਚ ਕਰੈਕਸ ਵਗੈਰਾ ਅਵੇਲੇਬਲ ਕਰਵਾਉਂਦੇ ਨੇ। ਬਟ ਪਾਇਰੇਸੀ ਕੀ ਹੈ? ਇੱਕ ਇਨਲੀਗਲ ਐਕਟ ਹੈ। ਸੈਕਿੰਡ ਕੁਐਸਚਨ, ਵਟ ਇਜ਼ ਵੈੱਬ ਚੈਕਿੰਗ? ਵੈੱਬ ਚੈਕਿੰਗ ਕੀ ਹੁੰਦੀ ਹੈ? ਉਹ ਵਾਲਾ ਪ੍ਰੋਸੈਸ ਜਿਹਦੇ ਵਿੱਚ ਇੱਕ ਦੂਸਰੇ ਪਰਸਨ ਨੂੰ ਕੁਛ ਅਨਨੋਨ ਟਾਈਪ ਦੇ ਸੋਫਟਵੇਅਰ, ਕੁਛ ਖਰਾਬੀ ਪਾਉਣ ਵਾਲੇ ਸੋਫਟਵੇਅਰ ਭੇਜੇ ਜਾਂਦੇ ਨੇ, ਉਹ ਆ ਜਾਂਦਾ ਆ ਵੈੱਬ ਚੈਕਿੰਗ ਦੇ ਵਿੱਚ। ਜਿਹੜੇ ਇਹ ਸੋਫਟਵੇਅਰ ਹੁੰਦੇ ਨੇ ਖਰਾਬੀ ਪਾਉਣ ਵਾਲੇ, ਇਹ ਵੈੱਬ ਬਰਾਊਜ਼ਰ ਵਿੱਚ ਇੰਸਟਾਲ ਹੋ ਜਾਂਦੇ ਨੇ ਅਤੇ ਸੈਟਿੰਗਸ ਨੂੰ, ਵੈੱਬ ਬਰਾਊਜ਼ਰ ਦੀ ਸੈਟਿੰਗ ਨੂੰ ਚੇਂਜ ਕਰ ਦਿੰਦੇ ਨੇ ਤਾਂ ਕਿ ਜੋ ਯੂਜ਼ਰ ਯੂਜ਼ ਕਰੇਗਾ ਵੈਬਸਾਈਟਸ ਨੂੰ, ਜਦੋਂ ਉਹ ਵੈੱਬ ਬਰਾਊਜ਼ਰ ਨੂੰ ਓਪਨ ਕਰੇਗਾ ਤਾਂ ਉਸਨੂੰ ਡਿਸਟਰਬੈਂਸ ਕ੍ਰੀਏਟ ਹੋਵੇ, ਉਸਦੇ ਸਾਹਮਣੇ ਕੁਛ ਅਲੱਗ ਅਲੱਗ ਤਰ੍ਹਾਂ ਦੀਆਂ ਵੈਬਸਾਈਟਸ ਓਪਨ ਹੋਈ ਜਾਣ ਜੋ ਉਹ ਨਾ ਓਪਨ ਕਰਨਾ ਚਾਹੁੰਦਾ ਹੋਵੇ। ਦੈਨ ਆ ਜਾਂਦਾ ਆ ਸਲਾਮੀ ਅਟੈਕ। ਸਲਾਮੀ ਅਟੈਕ ਦੇ ਵਿੱਚ ਆ ਜਾਂਦਾ ਆ ਕਿਸੇ ਪਰਸਨ ਦੀ ਜੋ ਕਿਸੇ ਦੇ ਅਕਾਊਂਟ ਨਾਲ ਰਿਲੇਟਡ ਜੋ ਇਨਫੋਰਮੇਸ਼ਨ ਹੈਗੀ ਆ ਉਸ ਇਨਫੋਰਮੇਸ਼ਨ ਨੂੰ ਚੋਰੀ ਕਰਨਾ। ਇਸ ਦੇ ਵਿੱਚ ਡੈਬਿਟ ਕਾਰਡਸ, ਕ੍ਰੈਡਿਟ ਕਾਰਡ ਵਗੈਰਾ ਦੀ ਚੋਰੀ ਕੀਤੀ ਜਾਂਦੀ ਹੈ। ਇਨਫੋਰਮੇਸ਼ਨ ਜੋ ਵੀ ਮਨੀ ਨਾਲ ਰਿਲੇਟਡ ਹੁੰਦੀ ਹੈ, ਭਾਵੇਂ ਮਨੀ ਟ੍ਰਾਂਸਫਰ ਕੀਤੀ ਗਈ ਹੈ ਬਹੁਤ ਛੋਟੇ ਛੋਟੇ ਅਮਾਊਂਟਸ ਦੇ ਵਿੱਚ, ਉਹ ਸਲਾਮੀ ਅਟੈਕ ਦੀ ਐਕਟੀਵਿਟੀ ਬਣ ਜਾਂਦੀ ਹੈ। ਜੋ ਆਨਰ ਹੁੰਦਾ ਆ ਅਕਾਊਂਟ ਦਾ, ਜਿਸ ਦੇ ਖਾਤੇ ਦੇ ਵਿੱਚੋਂ ਪੈਸੇ ਚੋਰੀ ਹੋ ਰਹੇ ਹੁੰਦੇ ਆ, ਉਸਨੂੰ ਇਸ ਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਉਂਦੀ, ਕਿਉਂਕਿ ਜਿਹੜੇ ਟ੍ਰਾਂਸਫਰ ਕੀਤੇ ਜਾਂਦੇ ਆ ਪੈਸੇ, ਉਹ ਪੈਸੇ ਬਹੁਤ ਥੋੜ੍ਹੀ ਥੋੜ੍ਹੀ ਅਮਾਊਂਟ ਦੇ ਹੁੰਦੇ ਆ। ਤਾਂ ਕਰਕੇ ਜੋ ਕਸਟਮਰ ਹੁੰਦਾ ਆ, ਅਕਾਊਂਟ ਹੋਲਡਰ ਹੁੰਦਾ ਆ, ਉਸਨੂੰ ਡਾਊਟ ਹੀ ਨਹੀਂ ਹੁੰਦਾ ਕਿ ਮੇਰੇ ਅਕਾਊਂਟ ਦੇ ਵਿੱਚੋਂ ਕੋਈ ਚੋਰੀ ਵੀ ਹੋ ਰਹੀ ਹੋ ਸਕਦੀ ਹੈ। ਬਾਰ ਬਾਰ ਜਦੋਂ ਟ੍ਰਾਂਸਫਰ ਕੀਤੇ ਜਾਂਦੇ ਨੇ, ਭਾਵੇਂ ਥੋੜ੍ਹੇ ਥੋੜ੍ਹੇ ਅਮਾਊਂਟ ਵਿੱਚ ਪੈਸੇ ਹੁੰਦੇ ਆ, ਉਹ ਹੌਲੀ ਹੌਲੀ ਕਰਕੇ ਕਾਫ਼ੀ ਵੱਡਾ ਫਾਈਨੈਂਸ਼ੀਅਲ ਲੌਸ ਬਣਾ ਦਿੰਦੇ ਆ। ਸਲਾਮੀ ਅਟੈਕਸ ਕਿਉਂਕਿ ਪੈਸੇ ਨਾਲ ਰਿਲੇਟਡ ਹੈ, ਫਾਈਨੈਂਸ ਨਾਲ ਰਿਲੇਟਡ ਹੈ, ਇਸੇ ਕਰਕੇ ਉਸਨੂੰ ਬੈਂਕਿੰਗ ਸੈਕਟਰ ਨਾਲ ਰਿਲੇਟਡ ਹੀ ਮੰਨਿਆ ਜਾਂਦਾ ਆ ਮੋਸਟਲੀ। ਦੱਸਿਆ ਜਾਂਦਾ ਆ ਕਿ ਐਂਟੀਵਾਇਰਸ ਸੋਫਟਵੇਅਰ ਕੀ ਹੁੰਦਾ ਆ। ਐਂਟੀਵਾਇਰਸ ਸੋਫਟਵੇਅਰ ਉਹ ਵਾਲਾ ਸੋਫਟਵੇਅਰ ਹੈ ਜਿਹੜਾ ਕੰਪਿਊਟਰ ਸਿਸਟਮ ਨੂੰ ਕਿਸੇ ਬਾਹਰੋਂ ਆਉਣ ਵਾਲੇ ਅਟੈਕ ਤੋਂ, ਵਾਇਰਸਿਸ ਦੇ ਅਟੈਕ ਤੋਂ ਬਚਾਉਂਦਾ ਆ। ਸੋਫਟਵੇਅਰ ਜੋ ਵੀ ਇੰਸਟਾਲ ਕੀਤੇ ਜਾਂਦੇ ਆ ਕੰਪਿਊਟਰ ਸਿਸਟਮ ਦੇ ਵਿੱਚ, ਉਹਨਾਂ ਨੂੰ ਸਕੈਨ ਕਰਨ ਦਾ ਕੰਮ ਇਹ ਕਰਦਾ ਆ ਅਤੇ ਜੋ ਵੀ ਫਾਈਲਸ ਵਗੈਰਾ ਡਾਊਨਲੋਡ ਕੀਤੀਆਂ ਜਾਂਦੀਆਂ ਨੇ ਇੰਟਰਨੈਟ ਤੋਂ, ਉਹਨਾਂ ਨੂੰ ਵੀ ਚੈੱਕ ਕਰਨ ਦਾ ਕੰਮ, ਸਕੈਨ ਕਰਨ ਦਾ ਕੰਮ ਐਂਟੀਵਾਇਰਸ ਸੋਫਟਵੇਅਰ ਹੀ ਕਰਦਾ ਆ। ਮੇਨ ਕੰਮ ਇਸ ਸੋਫਟਵੇਅਰ ਦਾ ਇਹੀ ਹੁੰਦਾ ਕਿ ਸਟੋਪ ਕੀਤਾ ਜਾ ਸਕੇ ਜੋ ਵੀ ਅਨਵਾਂਟਡ ਫਾਈਲਸ ਇੰਟਰਨੈਟ ਤੋਂ ਆ ਰਹੀਆਂ ਨੇ ਅਤੇ ਸਾਡੇ ਕੰਪਿਊਟਰ ਦੇ ਵਿੱਚ ਕਾਪੀ ਹੋ ਕੇ ਨੁਕਸਾਨ ਕਰ ਸਕਦੀਆਂ ਨੇ। ਇਸ ਤੋਂ ਬਾਅਦ ਆ ਜਾਂਦਾ ਹੈ ਕੁਐਸਚਨ ਨੰਬਰ 5, ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈੱਬ ਦੇ ਵਿੱਚ ਡਿਫਰੈਂਸ ਕੀ ਹੈ। ਨੋਰਮਲੀ ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈੱਬ ਨੂੰ ਇੱਕੋ ਜਿਹਾ ਹੀ ਮੰਨਿਆ ਜਾਂਦਾ ਹੈ, ਪਰ ਜੋ ਸਾਈਬਰ ਸਪੇਸ ਆ ਉਹ ਕੋਈ ਫਿਜ਼ੀਕਲ ਕੁਆਂਟਿਟੀ ਵਿੱਚ ਨਾਪਿਆ ਨਹੀਂ ਜਾ ਸਕਦਾ, ਬਟ ਜੋ ਵਰਲਡ ਵਾਈਡ ਵੈੱਬ ਆ ਉਹ ਇੱਕ ਫਿਜ਼ੀਕਲ ਆ, ਉਹ ਵਿਜ਼ੀਬਲ ਆ, ਉਸਨੂੰ ਆਪਾਂ ਦੇਖ ਸਕਦੇ ਹਾਂ, ਉਸਨੂੰ ਆਪਾਂ ਉਸਦੇ ਉੱਤੇ ਹੋਣ ਵਾਲੀਆਂ ਚੇਂਜਸ ਨੂੰ ਰਿਫਲੈਕਟ ਕਰ ਸਕਦੇ ਹਾਂ, ਉਸਨੂੰ ਅਹਿਸਾਸ ਆਪਾਂ ਲੈ ਸਕਦੇ ਹਾਂ। ਇਸ ਤੋਂ ਬਾਅਦ ਆ ਜਾਂਦਾ ਆ ਆਟੋਮੈਟਿਕਲੀ, ਜੋ ਫਿਜ਼ੀਕਲੀ ਹੈ ਹੀ ਨਹੀਂ ਤਾਂ ਉਹਨੂੰ ਫਿਜ਼ੀਕਲੀ ਡਿਫਾਈਨ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਫਿਜ਼ੀਕਲੀ ਹੈ ਜਿੱਦਾਂ ਵੈਬਸਾਈਟਸ ਸਾਡੇ ਸਾਹਮਣੇ ਓਪਨ ਹੁੰਦੀਆਂ ਨੇ, ਇਸ ਕਰਕੇ ਇਹਨਾਂ ਨੂੰ ਫਿਜ਼ੀਕਲੀ ਡਿਫਾਈਨ ਵੀ ਕੀਤਾ ਜਾ ਸਕਦਾ ਆ। ਦੈਨ ਆ ਜਾਂਦਾ ਇਸ ਦੇ ਵਿੱਚ ਇਲੈਕਟ੍ਰੋਨਿਕ ਜਾਂ ਕਹਿ ਸਕਦੇ ਹਾਂ
इलेक्ट्रॉनिक एनवायरमेंट का कॉम्बीनेशन होंदा या साइकोलॉजिकल इलेक्ट्रॉनिक एनवायरमेंट ही क्रिएट किया गया होंदा या साइबर स्पेस नू जनरेट करन दे लई। ते वर्ल्ड वाइड वैब दे विच जिदा मैं वैब पेजिस की गल की सी, इस दे विच वैब पेजिस नू कलैक्टिवली असी काउंट करते हैं। सारे वैब पेजिस की आ वर्ल्ड वाइड वैब का हिस्सा होंगे। इस तों बाद आ जांदा आ नंबर 5। फोर्थ वाले दे विच आ गया सी इलैक्ट्रॉनिक वेव्स, जो इलैक्ट्रॉनिकल एनवायरमेंट करके बनिया सी। ते वर्ल्ड वाइड वैब विच क्योंकि वैब पेजिस सी, इस करके एक कॉम्बीनेशन कहदा सी वैब पेजिस दे आपस विच कंबाइन होया था। नंबर 5th सी, असी जो चीज़ विजिबल ही नहीं आ उसनू ना सीन कर सकते हैं ना टच कर सकते हैं, ठीक है, फिजिकल फिनोमिना यह नहीं है, बट जो कलैक्शन है वैब पेजिस का उन्हों असी सीन कर सकते हैं, उन्हों असी वैसे वैब पेजिस नू असी टच नहीं कर सकते, बट जदा आप स्क्रीन नू टच करते हैं तो वैब पेजिस के बटनस एक्टिवेट होंगे ने, उस तरह असी इसनू कह सकते हैं कि हाँ इसनू असी यूज कर सकते हैं। वर्ल्ड वाइड वैब नू असी डायरैक्ट अपने हिसाब नाल यूज कर सकते हैं। इस दे विच किसी टाइप की कंप्यूटर लैंग्वेज यूज नहीं होंगी, ये जस्ट डाटा आ जो ट्रांसमिट होंदा आ एक जगह तो दूसरी जगह पर, बट जो वैब पेजिस क्रिएट किए गए होंगे वो नॉर्मली HTML लैंग्वेज दे विच हाइपर टैक्सट मार्कअप लैंग्वेज दे विच ही बनाए जाते हैं। दैन नैक्सट आ गया क्वेश्चन कि चार काम ने जिहड़े IT Act 2000 दे विच दसे गए ने। सब तो पहला आ जाता है कि इंटरनेट उपर जो भी आप डाटा भेजते हैं उन्हूं आप लीगल मनना है, उन्हूं आप कानूनी तौर पर अपरूवड मनना है। अगर असी डाटा किसी भी तरह का स्टोर करना चाहते हैं या इन्फॉर्मेशन इंटरनेट से स्टोर करना चाहते हैं तो उसके लिए भी हैल्प या फैसिलिटीज प्रॉपर प्रोवाइड होनिया चाहिए हैं। इस तो बाद आ जाता है कि डिजिटल सिग्नेचर्स होने चाहिए आ किसी भी डॉक्यूमेंट नू वेरीफाई करन दे लई। चैप्टर दे विच मैं समझाया सी डिजिटल सिग्नेचर्स वो सिग्नेचर होंदे आ जिहड़े रियल वाले सिग्नेचर नहीं होंदे, बट उन्हां दे विच सानू कुछ सीरियल नंबर लगा होंदा आ जिस तों पहचान हो जाती है कि हाँ ये डॉक्यूमेंट असली है या असली नहीं है। लास्ट आ गया लीगल स्ट्रक्चर बनाना है कद लई, साइबर क्राइम्स नू रोकण दे लई, ताकि असी इंटरनेट नू यूज करके जो लोकी दूसरियां दा नुकसान करदे ने खराबी करदे ने उस काम नू भी रोक सकीए। इत्थे ही तुहाडा ये शॉर्ट क्वेश्चन आंसर कंप्लीट हो गए ने। अज दी वीडियो मैं इन्नी ही बना रहा हां, नैक्सट वीडियो दे विच तुहानू लोंग क्वेश्चन आंसर दे बेसिक्स एक्सप्लेन कर दिते जाणगे। नॉर्मली उह चैप्टर दे विचों डायरैक्टली हुंदे ने, इस करके तुसी डायरेक्ट अगर चैप्टर वाली वीडियो देख ली है दैन तुहानू लोंग क्वेश्चन आंसर रिवाइज करने आसान हो जाएंगे। ओके क्लास, कोई डाउट होया तो तुसी मैसेज कर सकते हो। थैंक यू।